ਹੈਲੋ ਜੀ ਦੋਸਤੋ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਆ ਗਿਆ ਫਿਰ ਇੱਕ ਨਵੀਂ ਵੀਡੀਓ ਲੈ ਕੇ, ਅਤੇ ਅਸੀਂ ਥੋੜ੍ਹੇ ਜਿਹੇ ਦਿਨਾਂ ਬਾਅਦ ਵੀਡੀਓ ਪਾਈ ਜਾਂਦੇ ਹਾਂ, ਕਿਉਂਕਿ ਮੇਰੀ ਮੰਮੀ ਦੀ ਅੱਖ 'ਤੇ ਭੂੰਡ ਲੜਿਆ ਹੋਇਆ ਸੀ। ਨਹੀਂ ਲੜਿਆ ਸੀ? ਅੱਛਾ, ਨਹੀਂ ਲੜਿਆ ਸੀ, ਮੰਮੀ ਕਹਿੰਦੀ ਨਹੀਂ ਲੜਿਆ ਸੀ। ਹੱਸ ਕੇ ਦਿਖਾਤਾ ਮੰਮੀ ਨੇ, ਵੈਸੇ ਨਾ ਮੰਮੀ ਦੀ ਤਬੀਅਤ ਖਰਾਬ ਹੋ ਚੁੱਕੀ ਸੀਗੀ, ਤਾਂ ਅਸੀਂ ਵੀਡੀਓ ਨਹੀਂ ਪਾ ਰਹੇ ਸੀਗੇ, ਅਤੇ ਹੁਣ ਅਸੀਂ ਫਿਰ ਵੀਡੀਓ ਪਾਇਆ ਕਰਾਂਗੇ। ਅਤੇ ਮੰਮੀ ਲੱਗੀ ਆ ਹੁਣ ਪਰੌਂਠੇ ਬਣਾਉਣ, ਕਿਉਂਕਿ ਦੀਪੂ ਨੇ ਜਾਣਾ ਔਫਿਸ, ਪਰੌਂਠੇ ਬਣਾਉਣ ਲੱਗੀ ਆ। ਪਾਣੀ ਆਇਆ ਵਾ ਹੁੰਦਾ, ਉਹ ਭਰਨ ਚਲੀ ਜਾਂਦੀ ਆ, ਕਦੇ ਕਦੇ ਦੀਪੂ ਦਾ ਰੇੜੀ ਭਰ ਦਿੰਦਾ, ਔਰ ਪਾਣੀ ਭਰੇ ਦੇ ਬਾਅਦ ਵਾਪਸ ਰਸੋਈ ਚ ਆ ਜਾਣਾ, ਸਬਜ਼ੀ ਕੱਟਣੀ ਬਣਾਉਣੀ, ਹੈਨਾ, ਐਂ ਕਰਦੇ ਕਰਦੇ ਸਬਜ਼ੀ ਬਣਾਉਣੀ, ਰੋਟੀ ਬਣਾਉਣ ਤੱਕ ਮੈਨੂੰ ਵੱਜ ਜਾਂਦੇ 9:30, ਹੈਨਾ, ਇੰਨੀ ਕੁ ਤਿਆਰੀ ਕਰਕੇ ਬਾਅਦ 'ਚ ਫਿਰ ਮੈਂ ਕਮਰੇ 'ਚ ਚਲੀ ਜਾਂਦੀ ਹਾਂ। ਕਮਰੇ 'ਚ ਜਾਂਦੀ ਹਾਂ, ਉਦੋਂ ਇੱਕ ਅੱਧੇ ਜਾਣੇ ਦਾ ਫੋਨ ਆ ਗਿਆ ਤਾਂ ਅੱਧਾ ਘੰਟਾ ਉਹਦੇ 'ਤੇ ਲੱਗ ਜਾਂਦਾ, ਹੈਨਾ। ਉਸ ਤੋਂ ਬਾਅਦ ਫਿਰ ਮੈਂ ਕੀ ਕਰਦੀ ਹਾਂ, ਜੇ ਨਹੀਂ ਫੋਨ ਆਇਆ ਤਾਂ ਅਨੁਪਮਾ ਨਾਟਕ ਆ ਮੇਰਾ ਫੇਵਰੇਟ, ਮੈਂ ਉਹ ਪੂਰਾ ਦੇਖਣਾ, ਅੱਧਾ ਘੰਟਾ 20 ਮਿੰਟ ਉਹਦੇ 'ਤੇ ਲਾ ਦੇਣੀ ਹੈ। ਉਸ ਤੋਂ ਬਾਅਦ ਫਿਰ ਮੈਂ ਉੱਠਣਾ ਹੈ, ਉੱਠ ਕੇ ਨਾ ਐਡਾ ਵੱਡਾ ਵਿਹੜਾ ਸਾਡਾ, ਮੂੰਹ ਸਾਫ਼ ਕਰਨਾ, ਪੱਤ ਝਾੜਾ, ਉਹ ਇੱਕ ਵਾਰੀ ਨਹੀਂ ਸਾਫ਼ ਹੁੰਦਾ, ਉਹ ਕਈ ਵਾਰੀ ਸਾਫ਼ ਹੁੰਦਾ, ਫਿਰ ਗਲੀ ਦੇ ਬਾਹਰਲੇ ਪਾਸੇ ਉੱਥੇ ਵੀ ਬੋਕਰ ਫੇਰਨੀ ਆ, ਐਂ ਕਰਦੇ ਕਰਦੇ ਵਿਹੜੇ ਸਣੇ ਸਾ ਮੇਰਾ ਬਾਹਰਲੇ ਬਾਹਰਲੇ ਪਾਸੇ 2 ਘੰਟੇ ਇਹ ਖਪ ਜਾਂਦੇ ਆ। 11:30 ਵਜੇ ਫਿਰ ਮੈਨੂੰ ਇੰਤਜ਼ਾਰ ਹੁੰਦਾ, ਹੁਣ ਦੀਪੂ ਹੋਣੀ ਉੱਠਣਗੇ, ਉਹ ਨਾਈਟ ਡਿਊਟੀ ਵਾਲੇ ਆ ਦੀਪੂ ਦੇ ਸੋਣ, ਫਿਰ ਮੈਂ ਰਸੋਈ 'ਚ ਆ ਜਾਣਾ ਹੈ, ਰਸੋਈ 'ਚ ਆ ਕੇ ਮੈਂ ਚਾਹ ਬਣਾਉਣੀ ਆ, ਚਾਹ ਦੇ ਨਾਲ ਇੱਕ ਜਾਣਾ ਦੁੱਧ ਪੀਂਦਾ, ਦੁੱਧ ਗਰਮ ਕਰਨਾ। ਐਂ ਕਰਦੇ ਕਰਦੇ ਜੀ 12 ਵਜ ਜਾਂਦੇ ਆ, ਫਿਰ ਕਿਸੇ ਦਾ ਫੋਨ ਆਉਂਦਾ, ਜੀ ਤੁਸੀਂ ਮੇਰੇ ਨਾਲ ਗੱਲ ਕਰੋ, ਜੋ ਕਿ ਮੇਰੀ ਫੈਮਿਲੀ ਮੈਂਬਰ ਹੁੰਦੇ ਆ, ਮੈਂ ਕਿਸੇ ਦਾ ਮਜ਼ਾਕ ਨਹੀਂ ਡਾਉਂਦੀ। ਫਿਰ ਮੈਂ ਕਹਿੰਦੀ ਹੁੰਦੀ ਹਾਂ, ਜੀ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਵਿਹਲੀ ਹੋ ਗਈ? ਉਹ ਕਹਿਣਗੇ ਹਾਂ ਜੀ, ਜਦੋਂ ਵਿਹਲੇ ਹੋ ਗਏ ਉਦੋਂ ਗੱਲ ਕਰਿਓ, ਹੈ ਨਾ। ਅਤੇ ਐਂ 12 ਵਜੇ ਚਾਹ ਪਾਣੀ ਦੇ ਕੇ, 11:30, 12:15 ਵਜੇ ਚਾਹ ਪਾਣੀ ਦੇ ਕੇ ਨਾ ਜਵਾਕਾਂ ਨੂੰ, ਨਾਲ ਦੀ ਨਾਲ ਮੇਰਾ ਰੋਟੀ ਪਾਣੀ ਦਾ ਦੂਜੀ ਵਾਰ ਦਾ ਸਟਾਰਟ ਹੋ ਜਾਂਦਾ। ਦੂਜੀ ਵਾਰ ਦਾ ਜਦੋਂ ਸਟਾਰਟ ਹੁੰਦਾ ਨਾ, ਫਿਰ ਮੈਨੂੰ ਵਿੱਚੋਂ ਫੋਨ ਆਉਂਦਾ, ਮੈਨੂੰ ਫੋਨ ਦਿਹਾੜੀ ਦੇ, ਮੇਰੇ ਫੈਮਿਲੀ ਮੈਂਬਰ ਆ 7-8 ਫੋਨ ਮੈਂ ਅਟੈਂਡ ਕਰਦੀ ਹਾਂ, ਅਤੇ ਕਈ ਵਾਰੀ ਤਾਂ ਮੇਰੇ ਨਾਲ ਇਹੋ ਜਿਹਾ ਹੋ ਜਾਂਦਾ, ਵਿਚਾਰਿਆਂ ਨੂੰ ਕਹਿਣਾ ਪੈਂਦਾ ਰੁਕ ਜਾਓ, ਮੈਂ ਰੋਟੀ ਬਣਾਈ ਜਾਂਦੀ ਹਾਂ। ਫਿਰ ਜਿਹੜੀ 1 ਵਜੇ ਮੈਂ ਰੋਟੀ ਬਣਾਉਂਦੀ ਹਾਂ ਨਾ, ਉਹ 1:30 ਵਜੇ ਸੋਨਮ ਖਾ ਅਤੇ ਦੀਪੂ ਖਾਂਦੇ ਵੀ ਆ, ਸੋਨਮ ਲੈ ਕੇ ਵੀ ਜਾਂਦੀ ਆ। ਉਸ ਤੋਂ ਬਾਅਦ ਫਿਰ ਮੈਂ ਅੱਧਾ ਘੰਟਾ ਬਹਿਣਾ ਹੁੰਦਾ, ਅੱਧਾ ਘੰਟਾ ਬਹਿ ਕੇ ਫਿਰ ਮੈਂ ਉੱਠਣਾ ਹੁੰਦਾ ਦੀਪੂ ਵਾਸਤੇ, ਦੀਪੂ ਵਾਸਤੇ ਉੱਠ ਕੇ ਵਿੱਚ ਦੀ ਜੇ ਕੱਪੜੇ ਧੋਣ ਨੂੰ ਟਾਈਮ ਮਿਲ ਗਿਆ ਤਾਂ 1.5-2 ਘੰਟੇ ਮੈਂ ਉਹਦੇ 'ਤੇ ਲਾ ਦੇਣੀ ਹਾਂ। ਫਿਰ ਡਾਇਰੈਕਟ ਸਿੱਧਾ 4 ਵਜੇ ਮੈਂ ਅੰਦਰ ਆਉਣਾ, 4 ਵਜੇ ਮੈਂ ਦੀਪੂ ਨੂੰ ਚਾਹ ਦੇਣੀ ਆ, ਚਾਹ ਦੇ ਕੇ ਨਾਲ ਦੀ ਨਾਲ ਮੈਂ ਉਹਦੀ ਰੋਟੀ ਬਣਾਉਣ ਲੱਗ ਜਾਂਦੀ ਹਾਂ, ਜੋ ਕਿ ਤੁਸੀਂ ਉਹਨੂੰ ਦਿਸੀ ਜਾਂਦਾ। ਹੁਣ ਦੀਪੂ ਦੀ ਰੋਟੀ ਬਣੂਗੀ, ਖਾਈ ਵੀ ਜਾਂਦਾ, ਉੱਧਰ ਮੈਗੀ ਬਣਾ ਕੇ ਲੈ ਗਿਆ, ਹੁਣ ਆ ਰੋਟੀ 4 ਵਜੇ ਬਣੀ ਜਾਂਦੀ ਆ, 4 ਵਜੇ ਨਾ, ਹਾਂ 4 ਵਜੇ ਰੋਟੀ ਬਣੀ ਜਾਂਦੀ ਆ, ਅਤੇ 5 ਵਜੇ ਮੈਂ ਡਿਊਟੀ 'ਤੇ ਚਲੇ ਜਾਣਾ। ਉਸ ਤੋਂ ਬਾਅਦ ਵੀ ਮੇਰੇ ਕੋਲ ਕੋਈ ਟਾਈਮ ਨਹੀਂ, ਫਿਰ ਮੈਂ ਸੋਚਦੀ ਹਾਂ
ਕੱਪੜੇ ਤਾਂ ਕਈ ਵਾਰੀ ਰਹਿ ਜਾਂਦੇ ਆ ਮੇਰੇ ਧੋਣ ਵਾਲੇ, ਇੰਨੀ ਮੈਂ ਪਰੇਸ਼ਾਨ ਆ। ਫਿਰ ਵੀ ਜਦੋਂ ਕੋਈ ਫੋਨ ਕਰਦਾ ਨਾ ਤੁਸੀਂ ਫ੍ਰੀ ਹੋ ਕੇ ਮੇਰੇ ਨਾਲ ਗੱਲ ਕਰਿਓ। ਅਰੇ ਫ੍ਰੀ ਮੈਂ ਹੋਵਾਂ ਕਿਹੜੇ ਸੰਨ ਵਿੱਚ, ਮੈਨੂੰ ਇਹ ਨਹੀਂ ਸਮਝ ਆਈ ਜਾਂਦੀ। ਚਾਰ ਤੋਂ ਲੈ ਕੇ 5 ਵਾਰ ਤੱਕ ਤਾਂ ਮੈਂ ਰੋਟੀ ਬਣਾਉਣੀ ਹੈ।